ਬੁੱਟਾ ਸਿੰਘ ਚੋਹਾਂ ਦਾ ਨਵਲ ਗੇਰੂ ਰੰਗੇ ਦੇ 6ਵੇਂ ਅੰਗ ਦਾ ਬਾਕੀ ਦਾ ਹਿੱਸਾ ਦਿਨੋਂ ਦਿਨ ਦੇਸੀ ਗਊਆਂ ਦਾ ਵਿਧਾਨਤ ਵਧ ਰਿਹਾ ਸੀ ਸਾਹੀਵਾਲ ਦੇ ਰਾਜਸਥਾਨੀ گاਵਾਂ ਦਾ ਦੁੱਧ ਦੁੱਧ ਹੀ ਲੈ ਕੇ ਜਾਂਦੇ ਉਹ ਮੱਝਾਂ ਦਾ ਦੁੱਧ ਲੈਣ ਵੇਲੇ ਗਾਂਕਾਂ ਨੂੰ ਦੱਸ ਵੀ ਦਿੰਦੇ ਕਿ ਇਸ ਵਿੱਚ ਗਊਆਂ ਦਾ ਦੁੱਧ ਰਲਾਇਆ ਹੋਇਆ ਹੈ ਗਾਂਕਾਂ ਨੂੰ ਇਸ ਗੱਲ ਤੇ ਇਤਰਾਜ਼ ਵੀ ਨਹੀਂ ਸੀ ਸਮਝਦੇ ਕਿ ਨਕਲੀ ਦੁੱਧ ਪੀਣ ਨਾਲੋਂ ਮੱਝ ਦੇ ਦੁੱਧ 'ਚ ਗਊ ਦਾ ਰਲਿਆ ਦੁੱਧ 100 ਦਰਜੇ ਚੰਗਾ ਹੈ ਪਿੰਡ ਦੇ ਲੋਕਾਂ ਦੇ ਸਰਕਾਰੀ ਦਰਬਾਰੇ ਕੰਮੜੇ ਹੁੰਦੇ ਉਹ ਸੁਖ ਸੁਖ ਲੈਂਦੇ ਸੁਖ ਪੂਰੀ ਹੋਈ ਸਮਝ ਕੇ ਚੱਲਦੇ ਘਰ ਇੱਕ ਵਾਰ ਮੱਕੀ ਬੀਜਣ ਲਈ ਖਿੱਲਾ ਖਿੱਲਾ ਜਾਂਦਾ ਦਾ ਖਿੱਲਾ ਛੱਡ ਦਿੰਦੇ ਛੋਟੇ ਲੋਕ ਇੱਕ ਦੋ ਕਨਾਲਾਂ ਛੱਡ ਦਿੰਦੇ ਬੀਬਾ ਦੀ ਮਿੱਠੀ ਬੋਲੀ ਗਊ ਭਗਤਾਂ ਨੂੰ ਚੁੰਮਕ ਵਾਂਗ ਖਿੱਚ ਰਹੀ ਸੀ ਗਊਸ਼ਾਲਾ ਨਾਲ ਜੋੜਨ ਵਾਲਿਆਂ ਦਾ ਘੇਰਾ ਦਿਨੋਂ ਦਿਨ ਵੱਧ ਰਿਹਾ ਸੀ ਬੀਬਾ ਨੂੰ ਹੁਣ ਖੀਰ ਬਣਾ ਕੇ ਖਾਣ ਦੀ ਲੋੜ ਨਾ ਪੈਂਦੀ ਸੋ ਬਣੀ ਹੋਈ ਖੀਰ 'ਚ ਸਿਰਫ ਉਂਗਲੀ ਫੇਰਨੀ ਪੈਂਦੀ ਸੀ ਦੁੱਖ ਦੇ ਸੁੱਖ ਦੇ ਉਹ ਸਭ ਦੇ ਜਾਂਦੀ ਉਹ ਇਹੋ ਜੀ ਬਣ ਗਈ ਸੀ ਹੀਣੇ ਤੋਂ ਹੀਣਾ ਬੰਦਾ ਵੀ ਉਹਦੇ ਕੋਲ ਖੜ ਕੇ ਆਪਣੇ ਆਪ ਨੂੰ ਉੱਚਾ ਹੋਇਆ ਸਮਝਦਾ ਸੀ ਬੀਬਾ ਨੇ ਡੇਰੀ ਵਾਂਗ ਬਾਬੇ ਦੇ ਕਮਰੇ ਵਰਗਾ ਗਊਸ਼ਾਲਾ 'ਚ ਕਮਰਾ ਬਣਾ ਲਿਆ ਸੀ ਨਾਲ ਬਾਥਰੂਮ ਤੇ ਰਸੋਈ ਵੀ ਅੱਗੇ ਨਿੱਕਾ ਜਿਹਾ ਬਰਾਂਡਾ ਵੀ ਨਿੱਕਾ ਜਿਹਾ ਏਸੀ ਵੀ ਲਾਇਆ ਕਦੇ-ਕਦੇ ਉਹ ਬਾਬਿਆਂ ਨੂੰ ਵੀ ਗਊਸ਼ਾਲਾ 'ਚ ਲੈ ਕੇ ਆਉਂਦੀ ਹੌਲੀ-ਹੌਲੀ ਤੁਰ ਕੇ ਸ਼ੈੱਡ ਵੇਖਦੇ ਤੇ ਗਊਸ਼ਾਲਾ ਨੂੰ ਵਧਾਉਣ ਲਈ ਸਲਾਹਾਂ ਵੀ ਦੇਈ ਜਾਂਦੇ ਇੱਕ ਦਿਨ ਉਹ ਕਹਿੰਦੇ ਸਾਹੀਵਾਲ ਗਊਆਂ ਹੋਰ ਵਧਾਓ ਇਹਨਾਂ ហេਠ ਦੁੱਧ ਵੱਧ ਹੁੰਦਾ ਖਾਂਦੀਆਂ ਦੇਸੀ ਗਊਆਂ ਜਿੰਨਾਂ ਹੀ ਐ ਰਾਜਸਥਾਨੀ ਗਊਆਂ ਨਾ ਰੱਖੋ ਇਸ ਓਕੇ ਚ ਬਲੀਆਂ ਹੁੰਦੀਆਂ ਪਾਣੀ ਤੇ ਹਰਾ ਚਾਰਾ ਉੱਥੇ ਘੱਟ ਹੁੰਦਾ ਗਊਸ਼ਾਲਾ ਦਿਨੋ ਦਿਨ ਵੱਧ ਰਹੀ ਸੀ ਦੁੱਧ ਵਾਲੀਆਂ ਗਊਆਂ ਵੀ ਵੱਧ ਗਈਆਂ ਸੀ ਹਰੇ ਚਾਰੇ ਦਾ ਕੋਈ ਖਰਚ ਨਹੀਂ ਸੀ ਦੁੱਧ ਵੇਚ ਕੇ ਪੈਸੇ ਬਣਦੇ ਵੱਡੀ ਉਮਰ ਦੀਆਂ ਫੜੀਆਂ ਦੇਸੀ ਗਊਆਂ ਦੁੱਧ ਘੱਟ ਦਿੰਦੀਆਂ ਕਈ ਤਾਂ ਬਹੁਤ ਹੀ ਘੱਟ 2-2 ਡੇਢ-ਡੇਢ ਕਿਲੋ ਇੱਕ ਵੇਲੇ ਮਸਾ ਉਹਨਾਂ ਨੂੰ ਜੀਰੀ ਦੀ ਰੀਪਰ ਨਾਲ ਬਣਾਈ ਤੂੜੀ ਪਾਈ ਜਾਂਦੀ। ਪਹਿਲਾਂ-ਪਹਿਲਾਂ ਕਣਕ ਦੀ ਤੂੜੀ 'ਚ ਜੀਰੀ ਦੀ ਤੂੜੀ ਰਲਾਈ ਜਾਂਦੀ ਸੀ। ਫਿਰ ਜੀਰੀ ਦੀ ਤੂੜੀ ਛਾਟੇ 'ਚ ਲੂਣ ਵਾਂਗ ਕਣਕ ਦੀ ਤੂੜੀ ਰਲਾਈ ਜਾਂਦੀ। ਠੱਠਿਆਂ ਨੂੰ ਨਿਰੀ ਜੀਰੀ ਦੀ ਤੂੜੀ, ਥੋੜਾ ਬਹੁਤਾ ਹਰਾ ਮਲਾ ਦਿੱਤਾ ਜਾਂਦਾ। ਠੱਠਿਆਂ ਨੂੰ ਕਈ ਵਾਰ ਭਈਏ ਸੜਕ ਦੀਆਂ ਖਤਾਨਾਂ 'ਚ ਵੀ ਚਾਰ ਲਿਆਂਦੇ। ਤੁਰਨ-ਫਿਰਨ ਨਾਲ ਉਹਨਾਂ ਦੇ ਹੱਡ ਖੁੱਲ ਜਾਂਦੇ। ਵੱਡੀ ਉਮਰ ਦੀਆਂ ਗਊਆਂ ਨੂੰ ਵੀ ਚਾਰਨ ਲੈ ਜਾਂਦੇ। ਨਵੀਆਂ ਸੂਈਆਂ ਬੈੜਾਂ ਨੂੰ ਗਊਸ਼ਾਲਾ 'ਚ ਹੀ ਗੇੜੇ ਦਵਾ ਦਿੱਤੇ ਜਾਂਦੇ ਤਾਂ ਕਿ ਹੱਡ ਪੈਰ ਮੋਕਲੇ ਰਹਿਣ ਗਊਸ਼ਾਲਾ ਨੂੰ ਇੱਕ ਗਊ ਭਗਤ ਨੇ ਬਿਜਲੀ ਵਾਲਾ ਰਿਕਸ਼ਾ ਵੀ ਲੈ ਦਿੱਤਾ ਸੀ ਉਹ ਰੋੜ ਕੇ ਲੈ ਜਾਣ ਲਈ ਪਿੰਡ ਦਾ ਇੱਕ ਲੱਤ ਤੇ ਬਾਹਾਂ ਤੋਂ ਨਕਾਰਾ ਮੁੰਡਾ ਰੱਖ ਲਿਆ ਸੀ ਉਹਨੂੰ ਮੱਸਾ ਮਹੀਨੇ ਦਾ 2000 ਦਿੰਦੇ ਰਿਕਸ਼ੇ ਤੇ ਸਪੀਕਰ ਲੱਗਿਆ ਹੋਇਆ ਸੀ ਜਿਸ 'ਤੇ ਗਊਸ਼ਾਲਾ 'ਲੀ ਬੱਚੀਆਂ ਰੋਟੀਆਂ ਤੇ ਬੂਰਾ ਸੂੜਾ ਦੇਣ ਦੀ ਅਪੀਲ ਕੀਤੀ ਹੋਈ ਸੀ ਮੁੰਡਾ ਤੜਕੇ ਆਪਣੇ ਸ਼ਹਿਰ ਦੀਆਂ ਸੰਗਣੀ ਵੱਸੋ ਵਾਲੀਆਂ ਗਲੀਆਂਾਂ 'ਚ ਰਿਕਸ਼ਾ ਲੈ ਜਾਂਦਾ ਸੁਣ ਕੇ ਔਰਤਾਂ ਰਿਕਸ਼ੇ 'ਚ ਬਈਆਂ ਤੇ ਸੁੱਕੀਆਂ ਰੋਟੀਆਂ ਪਾ ਜਾਂਦੀਆਂ ਉਹ ਰਿਕਸ਼ਾ ਪਿੰਡ 'ਚ ਵੀ ਲੈ ਕੇ ਜਾਂਦਾ ਰਿਕਸ਼ੇ ਦੇ ਆਸੇ-ਪਾਸੇ ਗਊ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਦੇ ਸਰੀਰ ਦੇ ਵੱਖ-ਵੱਖ ਹੀ ਸੈਂਜ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਸਨ ਵੇਖ ਕੇ ਗਊ ਭਗਤਾਂ 'ਚ ਸ਼ਰਧਾ ਜਾਗਦੀ ਰਿਕਸ਼ੇ ਦੇ ਇੱਕ ਪਾਸੇ ਗਊਸ਼ਾਲਾ ਦੀ ਸਹਾਇਤਾ ਲਈ ਚਾਰਸਟीन ਦਾ ਡੱਬਾ ਵੀ ਲੱਗਿਆ ਸੀ ਜਸਟ ਪੈਸੇ ਪਾਉਣ ਲਈ ਉੱਤੇ ਸੁਰਾਖ ਸੀ ਡੱਬੇ ਨੂੰ ਬੰਦ ਕਰਨ ਲਈ ਸਟੀਲ ਦੀ ਜਿੰਦੀ ਲਾਈ ਸੀ ਗੱਲੇ 'ਚ ਵੀ ਗਊ ਭਗਤ ਪੈਸੇ ਪਾਉਂਦੇ ਔਰਤਾਂ ਜ਼ਿਆਦਾ ਪਾਉਂਦੀਆਂ ਜਦੋਂ 15 ਕਿ ਦਿਨਾਂ ਬਾਅਦ ਗੱਲਾ ਖੋਲਿਆ ਤਾਂ ਰੱਖੇ ਹੋਏ ਮੁੰਡੇ ਦੇ ਅੱਧੇ ਮਹੀਨੇ ਦੇ ਪੈਸੇ ਨਿਕਲ ਆਏ ਰਿਕਸ਼ਾ ਬਿਜਲੀ ਨਾਲ ਚਾਰਜ ਹੋ ਜਾਂਦਾ ਭਈਏ ਗਊ ਭਗਤਾਂ ਦੀਆਂ ਸੁੱਕੀਆਂ ਰੋਟੀਆਂ ਤੋੜਿਆਂ 'ਚ ਪਾਣੀ ਪਾ ਕੇ ਭਿਉਂ ਦਿੰਦੇ ਫਿਰ ਹੱਥਾਂ ਨਾਲ ਚੂਰ ਕੇ ਨਵੇਂ ਦੁੱਧ ਹੋਈਆਂ ਬੱਚੀਆਂ ਨੂੰ ਸੰਨੀ ਰਲਾ ਦਿੰਦੇ ਹੌਲੀ ਹੌਲੀ ਦੋਧੀਆਂ ਨੂੰ ਪਾਇਆ ਜਾਣ ਵਾਲਾ ਦੁੱਧ ਵਧਣ ਲੱਗ ਪਿਆ। ਗਰਮੀ 'ਚ ਭਾਵੇਂ ਦੁੱਧ ਘਟ ਜਾਂਦਾ ਪਰ ਸਿਆਲ ਘਾਟਾ ਪੂਰਾ ਕਰ ਦਿੰਦਾ। ਰੋਜ਼ ਦੁੱਧ 3-3000 ਦਾ ਹੋ ਜਾਂਦਾ। ਭਈਏ 2 ਤੋਂ 4 ਹੋ ਗਏ ਸਨ। ਤਨਖਾਹ ਦੇ ਕੇ ਵੀ ਕਾਫੀ ਪੈਸੇ ਬਚ ਜਾਂਦੇ। ਸ਼ਹਿਰ ਤੇ ਪਿੰਡਾਂ 'ਚ ਇਹ ਗੱਲ ਘੁੰਮ ਗਈ ਸੀ ਕਿ ਹਾਦਸੇ 'ਚ ਟੁੱਟੇ ਹੱਡ ਦੇਸੀ ਗਊ ਦੇ ਦੁੱਧ ਦੇ ਪਨੀਰ ਖਾਣ ਨਾਲ ਛੇਤੀ ਜੁੜਦੇ। ਲੋਕ ਘਰਾਂ 'ਚ ਪਨੀਰ ਕੱਢਣ ਲਈ ਦੇਸੀ ਗਊ ਦਾ ਦੁੱਧ ਲੈ ਕੇ ਜਾਂਦੇ ਤੇ ਗਊ ਦੇ ਦੁੱਧ ਦੇ ਪਨੀਰ ਨੂੰ ਸੰਜੀਵਨੀ ਬੂਟੀ ਸਮਝਦੇ। ਇੱਕ ਦਿਨ ਪ੍ਰਭदयाल ਆਇਆ। ਉਹਨੇ ਪਿੰਡਾਂ ਪਿੰਡ 'ਚ ਪੰਡਤਾਂ ਤੇ ਮਹਾਜਨਾਂ ਦੀ ਮੰਦਿਰ ਦੀ ਕਮੇਟੀ ਬਣਾਤੀ। ਹਰ ਮਹੀਨੇ ਗੱਲਾਂ ਖੋਲ੍ਹ ਕੇ ਜਿਹੜਾ ਛੜਾਵਾ ਛੜਦਾ ਗਊਆਂ ਦੀ ਭਲਾਈ ਲਈ ਬੀਬਾਂ ਨੂੰ ਦੇ ਦਿੱਤਾ ਜਾਂਦਾ। ਕਮੇਟੀ ਵਾਲੇ ਫੋਨ ਤੇ ਪ੍ਰਭदयाल ਨੂੰ ਬੀਬਾਂ ਨੂੰ ਦਿੱਤੇ ਪੈਸਿਆਂ ਬਾਰੇ ਦੱਸ ਦਿੰਦੇ। ਬੀਬਾ ਨੇ ਭਾਵੇਂ ਗਊਸ਼ਾਲਾ 'ਚ ਕਮਰਾ ਬਣਵਾ ਲਿਆ ਸੀ ਪਰ ਰੈਂਦੀ ਘਰੇ ਜਾ ਕੇ ਡੇਰੇ 'ਚ ਪਾਠ ਕਰਨ ਦਾ ਨੀ ਮੋਣੀ ਕਦੇ ਟੁੱਟਣ ਨਹੀਂ ਸੀ ਦਿੱਤਾ ਧੁੰਦਾਂ ਤੇ ਮੀਹਾਂ 'ਚ ਵੀ ਜਾਂਦੀ ਪਹਿਲਾਂ ਘਰੇ ਭਾਵੇਂ ਬਾਬਿਆਂ ਨੇ ਉਹਦੇ ਪਿਓ ਲਈ ਰਾਤ ਹੀ ਹਵਾਦਾਰ ਬੈਠਕ ਬਣਵਾਤੀ ਸੀ ਪਰ ਉਹਨੇ ਗਊਸ਼ਾਲਾ ਵਾਂਗ ਆਪਣੇ ਘਰੇ ਵੀ ਕਮਰਾ ਬਣਵਾਇਆ ਗਊਸ਼ਾਲਾ ਦੇ ਕਮਰੇ ਵਾਂਗ ਏਸੀ ਵੀ ਲਾਇਆ ਜਦੋਂ ਘਰੇ ਨਾ ਹੁੰਦੀ ਉਹਦੀਆਂ ਭੈਣਾਂ ਕਮਰੇ 'ਚ ਬੈਠ ਕੇ ਪੜ੍ਹਦੀਆਂ ਤੇ ਸੁਰਗ ਭੋਗਦੀਆਂ ਬੀਬਾ ਦੀ ਮਾਂ ਵੀ ਕਦੇ-ਕਦੇ ਕਮਰੇ 'ਚ ਮੰਜਾ ਢਾਹ ਕੇ ਪੈਂਦੀ ਬੀਬਾ ਨੇ ਬੈੱਡ ਤੇ ਨਾ ਉਹਦੀਆਂ ਭੈਣਾਂ ਬਹਿਨੀਆਂ ਨਾ ਮਾਂ ਬੈਠਣ ਲਈ ਕੁਰਸੀਆਂ ਚੁੱਕ ਲਿਆਉਂਦੀਆਂ ਬੀਬਾ ਦਾ ਘਰੇ ਪੂਰਾ ਦਬਦਬਾ ਸੀ ਬੰਦੇ ਦੀ ਭਾਰੀ ਜੇਬ ਪਹਿਲਾਂ ਘਰਦਿਆਂ ਨੂੰ ਦੱਬਦੀ ਹੈ ਫਿਰ ਅੱਖਾਂ ਨੀਵੀਆਂ ਕਰਵਾਉਂਦੀ ਹੈ ਪੈਸੇ ਦੀ ਜਾਨ ਜੇ ਦੂਜਿਆਂ ਦੀ ਜਾਨ ਨਾ ਕੱਢਦੀ ਹੋਵੇ ਤਾਂ ਲੋਕ ਇਹਦੇ ਲਈ ਤਰਸਣ ਤੇ ਭਟਕਣਗੇ ਬੀਬਾ ਦੀਆਂ ਦੋਵੇਂ ਭੈਣਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਕਾਲਜ 'ਚ ਪੜ੍ਹਦੀਆਂ ਸੀ ਛੋਟੀ 12ਵੀਂ 'ਚ ਸੀ ਵੱਡੇ ਦੋ ਜਮਾਤਾਂ ਅੱਗੇ ਉੱਚੰਗੇ ਕੱਪੜੇ ਪਾਉਂਦੀਆਂ ਮਨ ਚਾਹਿਆ ਖਾਣ ਪੀਣ ਕਰਕੇ ਪਿੰਡਿਆਂ ਤੇ ਮਾਸ ਫਿਰ ਗਿਆ ਸੀ ਡੈਨ ਨਕਸ਼ਿਆਂ ਨੇ ਸਿਰ ਚੁੱਕ ਲਿਆ ਸੀ ਵੀ ਵਾ ਜਿੱਧਰ ਜਾਂਦੀ ਧਰਤੀ ਵਿਛੀ ਪਈ ਹੁੰਦੀ ਹਰ ਪਾਸੇ ਇੱਜ਼ਤੀ ਇੱਜ਼ਤ ਪਹਿਲਾਂ ਪਹਿਲਾਂ ਉਹ ਸੋਚਦੀ ਸੀ ਵੀ ਉਹਨੇ ਗਲਤ ਰਸਤਾ ਚੁਣ ਲਿਆ ਬੰਦੇ ਆਲੇ ਕੱਪੜੇ ਪਾਏ ਵੀ ਉਹਨੂੰ ਬਹੁਤ ਬੁਰੇ ਲੱਗਦੇ ਹੁਣ ਲੱਗਦਾ ਸੀ ਜਿਵੇਂ ਦੁਨੀਆ ਜਿੱਤ ਲਈ ਹੋਵੇ ਤੇ ਪਹਿਲਾਂ ਉਹ ਗਲਤ ਸੋਚਦੀ ਰਹੀ ਹੋਵੇ ਭੈਣਾਂ ਨੂੰ ਉਹਨੇ ਇੱਕ ਪੁਰਾਣੀ ਸਕੂਟਰੀ ਲੈ ਕੇ ਦਿੱਤੀ ਦੋਵੇਂ ਇਕੱਠੀਆਂ ਕਾਲਜ ਜਾਂਦੀਆਂ ਕਾਂਡ ਸਤਵਾਂ ਬੀਬਾ ਜੈਪਾਲ ਦੇ ਮਨ ਤੇ ਸੌਣ ਦੀ ਬਦਲੀ ਵਾਂਗ ਛਾਈ ਹੋਈ ਸੀ ਹਰ ਸਮੇਂ ਉਹਦਾ ਦਗਦਾ ਚਿਹਰਾ ਅੱਖਾਂ ਅੱਗੇ ਰੰਦਾ ਕਿਸੇ ਵੇਲੇ ਪਾਸੇ ਹਟਦਾ ਹੀ ਨਾ ਹੁਣੇ ਉਹਨੂੰ ਛੋਟਾ ਮੋਬਾਈਲ ਵੀ ਲੈ ਦਿੱਤਾ ਸੀ ਪੈਕੇਜ ਵੀ ਜਿੰਨੇ ਦਾ ਵੱਧੋ ਵੱਧ ਤੋਂ ਵੱਧ ਪੈਂਦਾ ਸੀ ਪੁਆਤਾ ਪਰ ਉਹਦੇ ਵੱਲੋਂ ਕੋਈ ਹੁੰਗਾਰਾ ਨਹੀਂ ਸੀ ਭਰਿਆ ਜਾ ਰਿਹਾ ਜੈਪਾਲ ਦੀ ਬਾਤ ਸਹਿਕ ਰਹੀ ਸੀ पर एक यकीन भी थी वो कदे ना कदे हुंगारा भरेगी जयपाल ਕੋਲ ਪੈਸੇ ਦੀ ਕਮੀ ਨਹੀਂ ਸੀ ਦੋ ਬੈਂਕਾਂ ਚੋਂ ਦੇ ਖਾਤੇ ਸਨ जयਪਾਲ ਦੇ ਦਿਨੋਂ ਦਿਨ ਹਵਾ ਹੱਕ ਚ ਹੋ ਰਹੀ ਸੀ ਛੋਟੇ ਛੋਟੇ ਕੰਮਾਂ ਵਾਲੇ ਲੋਕ ਉਹਦੇ ਕੋਲ ਆਉਣ ਲੱਗ ਪਏ ਸਨ ਸਰਕਾਰੀ ਦਰਬਾਰੇ ਫੋਨ ਚੱਲਣ ਲੱਗ ਪਿਆ ਸੀ ਇਹ ਗੱਲ ਉਹਨੇ ਬਾਬਾ ਬੀਬਾ ਜੀ ਨੂੰ ਵੀ ਦੱਸੀ ਤੇ ਕਹਿ ਲੀ ਕੋਈ ਕੰਮਕਾਰ ਹੋਇਆ ਤਾਂ ਦੱਸਿਓ ਉਹਨੂੰ ਗਿਲਾ ਸੀ ਕਿ ਜਿੰਨਾ ਉਹਦੇ ਬਾਰੇ ਸੋਚ ਰਿਹਾ ਉਹਨਾਂ ਉਹ ਨਹੀਂ ਸੋਚ ਰਹੀ ਉਹ ਨਿਰੰਤਰ ਜਫਰ ਜਾਲ ਰਿਹਾ ਸੀ ਪਰ ਕੋਈ ਰਾਸ ਨਹੀਂ ਸੀ ਆ ਰਿਹਾ ਉਹ ਜਿਹੜੀ ਗੱਦੀ ਤੇ ਬੈਠਾ ਸੀ ਜਾਂ ਜਿਹੜੇ ਭੇਖ ਚ ਸੀ ਉਹਨੂੰ ਜਗਤ ਦਿਖਾਵੇ ਦੇ ਤੌਰ ਤੇ ਸੰਨਿਆਸੀ ਬਣ ਕੇ ਜੀਵਨ ਗੁਜ਼ਾਰਨਾ ਪੈ ਰਿਹਾ ਸੀ ਗੱਦੀ ਦੀ ਮਰਿਆਦਾ ਕਹਿੰਦੀ ਸੀ ਗਰੀਬਾਂ ਦਾ ਭਲਾ ਕਰੇ ਨਿਆਸਰਿਆਂ ਦੀ ਬਾਹ ਫੜੇ ਡੇਰੇ ਦੀ ਇਹ ਪਰੰਪਰਾ ਉਹ ਨਿਭਾ ਵੀ ਰਿਹਾ ਸੀ ਸਰਦੀਆਂ ਚ ਝੁੱਗੀ ਝੌਪੜੀਆਂ ਚ ਜਾ ਕੇ ਕੰਬਲ ਵੰਡਦਾ ਸਵੈਟਰ ਤੇ ਕੋਟੀਆਂ ਵੀ ਇੱਕ ਇੱਕ ਦੋ ਦੋ ਟੈਂਪੂ ਹਰ ਸਾਲ ਮੰਗਾਉਂਦਾ ਸੀ ਡੇਰੇ ਦੇ ਬਾਹਰ ਗੁਰਪੁਰਬਾਂ ਤੇ ਲੰਗਰ ਵੀ ਲਾਉਂਦਾ ਗਰਮੀਆਂ 'ਚ ਠੰਡੇ ਪਾਣੀ ਦੀਆਂ ਛਬੀਲਾਂ ਵੀ ਪਰ ਮਨ ਉਹਦਾ ਤਪਦਾ ਰਹਿੰਦਾ ਠਰਦਾ ਹੀ ਨਹੀਂ ਸੀ ਜੇ ਠਰਦਾ ਸੀ ਤਾਂ ਥੋੜੇ ਬਹੁਤੇ ਸਮੇਂ ਲਈ ਡਰ ਦਾ ਅਹਿਸਾਸ ਮਨ ਤੇ ਭਾਰੂ ਰਹਿੰਦਾ ਡੇਰੇ 'ਚ ਦੋ ਮਾਵਾਂ ਧੀਆਂ ਲੰਗਰ 'ਚ ਕੰਮ ਕਰਦੀਆਂ ਦੋ ਹੋਰ ਕੁੜੀਆਂ ਵੀ ਤੇ ਇੱਕ ਜਿਹੜੀ ਔਰਤ ਵਿਧਵਾ ਸੀ ਉਹਦੀ ਕੁੜੀ 24-25 ਸਾਲ ਦੀ ਸੀ ਉਹ ਨਾਈ ਭਾਈਚਾਰੇ 'ਚੋਂ ਸੀ ਕੁੜੀ ਦਾ ਇੱਕ ਭਾਈ ਵੀ ਸੀ ਜਿਹੜਾ ਜੇਲ੍ਹ 'ਚ ਸੀ ਉਹ ਨਸ਼ੇ ਕਰਦਾ ਸੀ ਫਿਰ ਨਸ਼ੇ ਵੇਚਣ ਵਾਲਿਆਂ ਨੇ ਉਹ ਤੋਂ ਨਸ਼ੇ ਬਕਾਉਣੇ ਸ਼ੁਰੂ ਕਰ ਦਿੱਤੀ ਸੀ ਆਪਣੀ ਥਾਂ ਫਿਰ ਉਹਦੇ ਤੇ ਕੇਸ ਪਵਾਤਾ ਤੇ ਜੇਲ੍ਹ 'ਚ ਬੈਠੇ ਨੂੰ ਨਸ਼ਾ ਭੇਜੀ ਜਾਂਦੇ ਵਕੀਲ ਕਰਵਾ ਦਿੱਤਾ ਸੀ ਜਦੋਂ ਤੱਕ ਮਹੰਤ ਜਿਉਂਦੇ ਰਹੇ ਜੈਪਾਲ ਆਨੇ ਬਹਾਨੇ ਉਹਨਾਂ ਦੀ ਅੱਖਾਂ 'ਚ ਘੱਟਾ ਪਾਉਂਦਾ ਰਿਹਾ ਘਰੇ ਉਹ ਨਹੀਂ ਜਾ ਸਕਦਾ ਸੀ ਭਗਵਾ ਭੇਸ ਜੱਗ ਦੇ ਰੰਗਾਂ 'ਚ ਮਰੱਚ ਦਾ ਮੇਚਦਾ ਨਹੀਂ ਸੀ ਲੋਕੋ ਨੂੰ ਧਾਰਮਿਕ ਸਮੇਂ ਦੇ ਮੰਚ ਧਰਮ ਹੈ ਨਹੀਂ ਸੀ ਹਾਲਤ ਨੇ ਭਾਵੇਂ ਭਗਵਾ ਭੇਸ ਪਵਾ ਦਿੱਤਾ ਸੀ ਮਨ ਤੇ ਭਗਵਾਨ ਰੰਗ ਨਹੀਂ ਸੀ ਚੜਿਆ ਹੁਣ ਹਾਲਤ ਇਹ ਸੀ ਕਿ ਕਾਲੇ ਰੰਗ ਤੇ ਜਿਵੇਂ ਕੋਈ ਹੋਰ ਰੰਗ ਨਹੀਂ ਚੜਦਾ ਉਵੇਂ ਉਹਦੇ ਮਨ ਤੇ ਭਗਵਾਨ ਰੰਗ ਨਹੀਂ ਸੀ ਚੜ ਰਿਹਾ ਸੰਸਾਰੀ ਮਨ ਹਰ ਵੇਲੇ ਪਟਕਦਾ ਔਰਤਾਂ ਦੇ ਪਾਏ ਕੱਪੜਿਆਂ ਦੇ ਫੁੱਲ ਨਿਗਾਹ ਖਿੱਚਦੇ ਰਹਿੰਦੇ ਰੰਗ ਪਾਸੇ ਹੁੰਦੇ ਮਨ ਚ ਖੋ ਪੈਂਦੀ ਮਾਵਾਂ ਧੀਆਂ 2-2000 ਲੈਂਦੀਆਂ ਸਨ ਕੁੜੀ ਦੇ ਦਾਦਾ ਦਾਦੀ ਬਿਮਾਰ ਸਨ ਉਹਨਾਂ ਨੂੰ ਦਵਾਈ ਦਿੰਦੀਆਂ ਤੇ ਰੋਟੀ ਟੁੱਕ ਵੀ ਡੇਰੀਆਂ ਮਿਲਦੇ ਪੈਸੇ ਪਾਣੀ ਚ ਪਾਏ ਪਤਾਸੀਆਂ ਵਾਂਗ ਖੁਰ ਜਾਂਦੇ ਘਰ ਦੀ ਇੱਕ ਵੱਡੀ ਲੋੜ ਨੇ ਕੁੜੀ ਨੂੰ ਆਪਣੀ ਲਪੇਟ ਚ ਲੈ ਲਿਆ ਸੀ ਉਹ ਜੈਪਾਲ ਦੀ ਚੋਗ ਬਣ ਗਈ ਸੀ ਖੁੱਲਾ ਮੂੰਹ ਜਦੋਂ ਦਿਲ ਕਰਦਾ ਚੋਗ ਚੋਗਦਾ ਮਾਂ ਕੋਲਣ ਨਹੀਂ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਦੁਪਹਿਰੇ ਜੈਪਾਲ ਮਹੰਤ ਸੁਜਾਨ ਸਿੰਘ ਨੂੰ ਰੋਟੀ ਖਵਾਉਂਦਾ ਲੱਤਾਂ ਵੀ ਘੁੱਟਦਾ ਦੁੱਧ ਨਾਲ ਦਵਾਈ ਵੀ ਦਿੰਦਾ ਜਿੱਦੇ ਦਿਲ ਕਰਦਾ ਦਵਾਈ ਨਾਲ ਕੁੱਟ ਕੇ ਨੀਂਦੀਆਂ ਦੋ ਗੋਲੀਆਂ ਵੀ ਦੇ ਦਿੰਦਾ ਨੀਂਦ ਜੈਪਾਲ ਦਾ ਉੱਲਾ ਬਣ ਜਾਂਦੀ ਜਦੋਂ ਦਿਲ ਕਰਦਾ ਏਉਂ ਕਰਦਾ। ਸੰਤ ਸੁਜਾਨ ਸਿੰਘ ਭਾਵੇਂ ਬੁੱਢੇ ਹੋ ਚੁੱਕੇ ਸਨ, ਉਮਰ ਦਾ ਸੂਰਜ ਡੁੱਬੂ ਡੁੱਬੂ ਕਰਦਾ ਸੀ ਪਰ ਬਾਗ 'ਚ ਕੰਮ ਕਰਨ ਨੂੰ ਅਜੇ ਵੀ ਨਹੀਂ ਸੀ ਹਟਦੇ। ਇਹ ਬਾਗ ਉਹਨਾਂ ਨੇ ਹੱਥੀਂ ਲਾਇਆ ਸੀ, ਕੱਖ ਕੰਡਾ ਕੱਢਦੇ, ਖੁਰਪੇ ਨਾਲ ਬਚਪਨ ਦੀ ਸਾਂਝ ਸੀ ਜਿਵੇਂ ਮਾਂ ਜਾਇਆ ਹੋਵੇ। ਸਾਂਝ ਟੁੱਟ ਨਹੀਂ ਸੀ ਰਹੀ, ਸਾਹ ਮੁੱਕ ਨਹੀਂ ਸੀ ਰਹੇ। ਉਹ ਕਿਸੇ ਤੋਂ ਪੈਰੀ ਹੱਥ ਨਹੀਂ ਸੀ ਲਵਾਉਂਦੇ। ਜੇ ਕੋਈ ਯਤਨ ਕਰਦਾ ਪਿੱਛੇ ਹਟਦੇ ਹਟਦੇ ਕਹੀ ਜਾਂਦੇ, ਨਾ ਭਾਈ ਨਾ ਭਾਰ ਨਾ ਚੜਾ ਪਹਿਲਾਂ ਹੀ ਅੰਨ ਪਾਣੀ ਦਾ ਬਹੁਤ ਭਾਰ ਹੈ ਇੱਕ ਦਿਨ ਰੋਟੀ ਖਵਾਉਂਦੇ ਖਵਾਉਂਦੇ ਜੈਪਾਲ ਨੇ ਵੇਖਿਆ ਉਹਨਾਂ ਦੀਆਂ ਅੱਖਾਂ ਪੀਲੀਆਂ ਹੋਈਆਂ ਪਈਆਂ ਸੀ ਰੋਟੀ ਘੱਟ ਖਾਣ ਲੱਗ ਪਈ ਸੀ ਇੱਕ ਡੇਢ ਮਸਾਂ ਖਾਂਦੇ ਡਾਕਟਰ ਨੂੰ ਵਿਖਾਇਆ ਤਾਂ ਪੀਲੀਆ ਸੀ ਉਹਨੇ ਦਵਾਈਆਂ ਦਿੱਤੀਆਂ ਤੇ ਗੰਨੇ ਦਾ ਰਸ ਬਲਵਾਉਣ ਲਈ ਕਿਹਾ ਉਂਝ ਭਾਵੇਂ ਜੈਪਾਲ ਉਹਨਾਂ ਤੇ ਜਾਨ ਛਿੜਕਦਾ ਲੱਗਦਾ ਸੀ ਇੱਕ ਵੀ ਰੁੱਖਾ ਸ਼ਬਦ ਨਹੀਂ ਸੀ ਬੋਲਦਾ ਪਰ ਉਹਨਾਂ ਦੀਆਂ ਕਈ ਗੱਲਾਂ ਤੋਂ ਅੰਦਰੋਂ ਅੰਦਰ ਔਖਾ ਸੀ ਸਰਕਾਰ ਕੁਝ ਨਹੀਂ ਸੀ ਸਕਦਾ ਮਰਿਆਦਾ ਦਾ ਮੂੰਹ ਤੇ ਹੱਥ ਰੱਖਿਆ ਹੋਇਆ ਸੀ ਜਦੋਂ ਉਹਨੇ ਡੇਰਾ ਢਾਕੇ ਬਣਾਇਆ ਸੀ ਪਾਠ ਦੇ ਭੋਗ ਪਿੱਛੋਂ ਕਈ ਪੱਕੇ ਛਰਦਾਲਾ ਨਹੀਂ ਕਿਆ ਸੀ ਵੇਖੋ ਬਾਬਾ ਜੀ ਤੁਹਾਡੇ ਚੇਲੇ ਨੇ ਕਿੰਨਾ ਵਧੀਆ ਡੇਰਾ ਬਣਾਇਆ ਸੁਣ ਕੇ ਉਹ ਕਹਿੰਦੇ ਹੁਣ ਐਂ ਕਰੋ ਭਾਈ ਇਹਨੂੰ ਇੱਕ ਥੀਵੀ ਵੀ ਲਿਆ ਦਿਓ ਇਹ ਕਹਿ ਕੇ ਉਹ ਚੁੱਪ ਕਰ ਗਏ ਸੀ ਉਹਨਾਂ ਦੀ ਦੁਨੀਆ ਵੇਖੀ ਸੀ ਬੰਦੇ ਇੱਕ ਬੰਦੇ ਪਰਖੇ ਹੋਏ ਸੀ ਪਹਿਲੀ ਨਜ਼ਰੇ ਅਗਲੇ ਨੂੰ ਤਾੜ ਜਾਂਦੇ ਸਨ ਮਨ ਦੀ ਗੱਲ ਕਹਿ ਵੀ ਦਿੰਦੇ ਸੀ ਜੈਪਾਲ ਛਿੱਥਾ ਜੇ ਪੈ ਕੇ ਕਹਿੰਦਾ ਮਹਾਰਾਜ ਨਾ ਮਹਾਰਾਜ ਇੰਨਾ ਭਾਰ ਨਾ ਛਡਾਓ ਬਖਸ਼ੋ ਤੁਸੀਂ ਮੇਰੇ ਮਾਈ ਬਾਪੂ ਸੁਣ ਕੇ ਉਹ ਨਹੀਂ ਸੀ ਬੋਲੇ ਜੈਪਾਲ ਕੋਲ ਵਕ ਵਕ ਪਾਰਟੀਆਂ ਦੇ ਆਗੂ ਆਉਂਦੇ ਸਨ ਸਾਰੇ ਆਪਣੇ ਆਪਣੇ ਵੱਲ ਕਰਨ ਦੇ ਯਤਨ 'ਚ ਰਹਿੰਦੇ ਉਹਦੇ ਕੋਲ ਆ ਕੇ ਰਾਜਨੀਤੀ ਦੀਆਂ ਗੱਲਾਂ ਕਰਦੇ ਇੱਕ ਅਕਾਲੀ ਉਹਦੀ ਜੇਬ 'ਚ ਹੱਥ ਵੀ ਪਾਉਣ ਲੱਗ ਪਿਆ ਸੀ ਸ਼੍ਰੋਮਣੀ ਕਮੇਟੀ ਦੀ ਟਿਕਟ ਦਿਵਾਉਣ ਦਾ ਸੁਪਨਾ ਵੀ ਉਹਨੇ ਜੈਪਾਲ ਦੀਆਂ ਅੱਖਾਂ 'ਚ ਲਟਕਾ ਦਿੱਤਾ ਸੀ ਇਹ ਗੱਲ ਮਹੰਤ ਸੁਜਾਨ ਸਿੰਘ ਪਾਪ ਗਏ ਸੀ ਇੱਕ ਦਿਨ ਜਦੋਂ ਜੈਪਾਲ ਨੇ ਉਹਨਾਂ ਤੋਂ رائے ਮੰਗੀ ਸੀ ਤਾਂ ਉਹ ਕਹਿੰਦੇ ਪਾਲਿਆ ਤੂੰ ਇੱਧਰ ਪਾਸ ਨਹੀਂ ਹੋ ਸਕਦਾ ਜਿੱਧਰ ਪਾਸ ਹੋਣਾ ਸੀ ਹੋ ਗਿਆ ਉਹਨਾਂ ਦੀ ਗੱਲ 'ਚੋਂ ਜੈਪਾਲ ਨੂੰ ਮਜਬੂਰੀ 'ਚ ਮਹੰਤੀ ਦੇਣ ਦਾ ਦੁੱਖ ਵੀ ਚਲਕਦਾ ਸੀ ਸੁਣ ਕੇ ਜੈਪਾਲ ਨੇ ਚੁੱਪ ਵੱਟ ਲਈ ਸੀ ਜਿਵੇਂ ਜੀਬ ਪੁੱਠੀ ਹੋ ਗਈ ਹੋਵੇ ਹੋਰ ਵੀ ਕਈ ਗੱਲਾਂ ਸਨ ਜਿਨ੍ਹਾਂ ਤੋਂ ਮਹੰਤ ਸੁਜਾਨ ਸਿੰਘ ਤੋਂ ਔਖਾ ਸੀ ਜੈਪਾਲ ਪੀਲੀਏ ਦੀ ਦਵਾਈ ਦੇ ਕੇ ਗੰਨੇ ਦਾ ਰਸ ਵੀ ਪਿਲਾਉਂਦਾ ਦਿਨ ਚ 2 2 3 3 ਵਾਰ ਗਲਾਸ ਚ ਰਸ ਪਾ ਕੇ ਰਸੋਈ ਚ ਲੈ ਜਾਂਦਾ ਸੀ ਰਸੋਈ ਚ ਉਹਦਾ ਅਦਰਕ ਦਾ ਪਾਣੀ ਕੱਢਿਆ ਪਿਆ ਹੁੰਦਾ ਸੀ ਉਸ ਪਾਣੀ ਨੂੰ ਉਹ ਗੰਨੇ ਦੇ ਰਸ ਚ ਰਲਾਉਂਦਾ ਤੇ ਕੋਲ ਆ ਕੇ ਕਹਿੰਦਾ ਲੋ ਮਹਾਪੁਰਸ਼ੋ ਬੋਲੋ ਵਾਹਿਗੁਰੂ ਅੱਖਾਂ ਮੀਚੋ ਤੇ ਪੀਓ ਇਹੀ ਤਾਰੂ ਚੱਠੇ ਪੀਲੀਆ ਘਟਣ ਦੀ ਬਜਾਏ ਵਧਣਾ ਸ਼ੁਰੂ ਹੋ ਗਿਆ ਟੈਸਟ ਕਰਾਉਂਦੇ ਹਰ ਵਾਰ ਵੱਧ ਆਉਂਦਾ ਅਖੀਰ 20 ਦਿਨਾਂ ਬਾਅਦ ਉਹ ਕਹਿਣ ਲੱਗੇ ਮਚ ਗਿਆ ਓਏ ਮਚ ਗਿਆ ਓਏ ਜੂਨ ਦਾ ਮਹੀਨਾ ਸੀ ਗਰਮੀ ਦਿਨੋਂ ਦਿਨ ਵੱਧ ਰਹੀ ਸੀ 5-7 ਦਿਨ ਹੋਰ ਲੰਗੇ ਅੰਤ ਅਦਰਕ ਦਾ ਪਾਣੀ ਉਹਨਾਂ ਨੂੰ ਸਿਵਿਆਂ ਚ ਲੈ ਵੜਿਆ ਹੁਣ ਜੈਪਾਲ ਆਜ਼ਾਦ ਸੀ ਪਿੰਜਰੇ ਦੀ ਬਾਰੀ ਖੁੱਲ ਗਈ ਸੀ ਇਹ ਵੱਖਰੀ ਗੱਲ ਸੀ ਪਿੰਜਰੇ ਦੀ ਕੁੰਜੀ ਵੀ ਉਹਦੇ ਹੱਥ ਸੀ ਜਿੰਦਾ ਜਿੰਦਰਾ ਜਰਖੜਿਆ ਹੋਇਆ ਸੀ ਪਰ ਸੀਤਾ ਆਖਰ ਜਿੰਦਰਾ ਜੈਪਾਲ ਨੂੰ ਮਹੰਤ ਸੁਜਾਨ ਸਿੰਘ ਦਾ ਸੇਵਾ ਠੰਡਾ ਹੋਣ ਪਿੱਛੋਂ ਲੱਗਿਆ ਜਿਵੇਂ ਉਹਦੇ ਢਿੱਲੇ ਜੇ ਬੰਨੇ ਹੱਥਾਂ ਨਾਲੋਂ ਰੱਸਾ ਖੁੱਲ ਕੇ ਧਰਤੀ ਤੇ ਡਿੱਗ ਪਿਆ ਹੋਵੇ ਜੈਪਾਲ ਦਾ ਮਨ ਪਟਕਣੋਂ हट ਗਿਆ ਸੀ ਨਾਈਆਂ ਦੀ ਕੁੜੀ ਜੀਤੀ ਲਾਲਚੀ ਨਹੀਂ ਸੀ ਜਿੰਨਾ ਹੱਥ ਝਾੜਦਾ ਸੱਤ ਕਰਕੇ ਮੱਥੇ ਲਾ ਲੈਂਦੀ ਜਦੋਂ ਕੋਈ ਸੇਵਕ ਚਾਰ 500 ਮੱਥਾ ਟੇਕ ਕੇ ਜਾਂਦਾ ਉਹਦੇ ਪਿੱਠ ਪਵਾਉਣ ਪਿਛੋਂ ਚਾਹ ਪਾਣੀ ਦੇਣ ਆਈ ਜੀਤੀ ਨੂੰ ਕਹਿੰਦਾ ਲੈ ਕੁੜੇ ਚੂੜੀਆਂ ਛਡਾ ਲਈ ਹੋਰ ਕੋਈ ਸੇਵਾ ਹੋਈ ਦੱਸੇ ਪਰ ਜੀਤੀ ਨੇ ਕੋਈ ਸੇਵਾ ਨਾ ਦੱਸੀ ਮੋਦਲੀਆਂ ਬਹੁਤ ਸੀ ਕਿ ਬਾਬਾ ਜੈਪਾਲ ਉਹਦੇ ਤੇ ਦਿਆਲ ਸੀ ਪੰਜ ਚਾਰ ਮਹੀਨੇ ਲੰਗੇ ਫਿਰ ਜੀਤੀ ਦੀ ਮਾਂ ਨੇ ਦੋ ਦਿਨ ਦੀ ਛੁੱਟੀ ਮੰਗ ਲਈ ਛੁੱਟੀ ਕਾਦੇ ਲਈ ਚਾਹੀਦੀ ਹੈ ਕੋਈ ਬਹਾਨਾ ਲਾ ਦਿੱਤਾ ਤੀਜੇ ਦਿਨ ਜੀਤੀ ਦੀ ਮਾਂ ਆਈ ਜੈਪਾਲ ਨੇ ਪੁੱਛਿਆ ਜੀਤੀ ਨੂੰ ਕੀ ਹੋ ਗਿਆ ਸੁੱਖ ਤਾਂ ਬਾਬਾ ਜੀ ਸੁਖੀ ਹੈ ਡੇਰੇ ਚ ਕੀਤੀ ਸੇਵਾ ਧਾਰ ਗਈ ਬੜਾ ਵਧੀਆ ਘਰ ਮਿਲਿਆ ਵੇਖਣ ਆਏ ਸੀ ਚੁੰਨੀ ਚੜਾ ਕੇ ਲੈ ਗਏ ਮੁੰਡਾ ਕੀ ਕਰਦਾ ਛੋਟਾ ਥਾਣੇਦਾਰ ਹੈ ਸੁਣ ਕੇ ਜੈਪਾਲ ਦੇ ਦੰਦ ਜੁੜ ਗਏ ਜਿਵੇਂ ਕਿਸੇ ਨੇ ਸਿਰ 'ਚ ਥੋੜਾ ਮਾਰਿਆ ਹੋਵੇ ਸੰਭਲ ਕੇ ਪੁੱਛਿਆ ਛੋਟਾ ਥਾਣੇਦਾਰ ਲੱਗਿਆ ਹਾਂਜੀ ਬਾਬਾ ਜੀ ਇਹ ਕਹਿ ਕੇ ਉਹ ਚੁੱਪ ਕਰ ਗਈ ਇਹ ਨਹੀਂ ਦੱਸਿਆ ਵੀ ਉਹ ਵੱਡੀ ਉਮਰ ਦਾ ਹੈ ਦੋਹਾਜੂ ਵੀ ਹੈ ਦੋ ਜੁਆਕ ਵੀ ਨਹੀਂ ਜੀਤੀ ਦੀ ਮਾਂ ਨੇ ਦੁਪਹਿਰ ਤੱਕ ਕੰਮ ਕੀਤਾ ਜਾਣ ਲੱਗੀ ਕਹਿੰਦੀ ਬਾਬਾ ਜੀ ਮੈਂ ਕੱਲ ਤੋਂ ਨਹੀਂ ਆਉਂਦੀ ਕਿਉਂ ਹੈਰਾਨੀ ਨਾਲ ਪੁੱਛਿਆ ਉਹ ਕਹਿੰਦੀ ਬਾਬਾ ਜੀ ਪਰਾਣੇ ਨੂੰ ਡੇਰੇ 'ਚ ਕੰਮ ਕਰਨ ਬਾਰੇ ਦੱਸਿਆ ਸੀ ਉਹ ਕਹਿੰਦਾ ਮਾਂ ਜੀ ਤੁਸੀਂ ਹੁਣ ਕੰਮ ਨਹੀਂ ਕਰਨਾ ਘਰੇ ਰਹੋ ਘਰ ਦਾ ਤੋਰਾ ਮੈਂ ਤੋਰੂੰ ਇਹ ਕਹਿ ਕਿ ਉਹ ਗਈ ਜੈਪਾਲ ਨੇ ਉਹਨੂੰ ਤੁਰੀ ਜਾਂਦੀ ਨੂੰ ਵੇਖਿਆ ਲੱਗਿਆ ਜਿਵੇਂ ਤੋਰ ਚ ਮੜਕ ਆ ਗਈ ਹੋਵੇ ਸ੍ਰਿੰਦਰਪਾਲ ਜੈਪਾਲ ਦੇ ਜੀਵਨ 'ਚ ਅਚਾਨਕ ਆ ਗਿਆ ਸੀ ਜਿਵੇਂ ਅਚਾਨਕ ਮਹੰਤ ਸੁਜਾਨ ਸਿੰਘ ਦੇ ਜੀਵਨ 'ਚ ਆਇਆ ਸੀ ਦੋ ਕੁ ਮਹੀਨਿਆਂ 'ਚ ਉਹ ਮਹੰਤ ਜੈਪਾਲ ਦੇ ਮਨ 'ਚ ਖੋ ਗਿਆ ਸੀ ਬੜਾ ਅਗਿਆਕਾਰ ਸੀ ਜੈਪਾਲ ਨੂੰ ਲੱਗਿਆ ਜਿਵੇਂ ਉਹ ਪਿਛਲੇ ਜਨਮ ਦਾ ਵਿਛੜਿਆ ਹੋਇਆ ਭਰਾ ਹੋਵੇ ਹਰ ਗੱਲ ਹਲੀਮੀ ਨਾਲ ਕਰਦਾ ਦੋਵੇਂ ਹੱਥ ਜੋੜ ਕੇ ਬੜੀ ਮਿੱਠੀ ਆਵਾਜ਼ 'ਚ ਬਾਬਾ ਜੀ ਕਹਿੰਦਾ ਬਾਜ਼ਾਰੋਂ ਕੋਈ ਚੀਜ਼ ਲੈ ਕੇ ਆਉਂਦਾ ਆਨਸਰ ਬੱਚੇ ਪੈਸੇ ਮੋੜਦਾ ਬਾਰ-ਬਾਰ ਕਹਿਣ ਤੇ ਵੀ ਨਾ ਰੱਖਦਾ ਤੇ ਜੈਪਾਲ ਨੂੰ ਰੱਜੀ ਰੂਹ ਵਾਲਾ ਲੱਗਦਾ ਡੇਰੇ ਦਾ ਪਸਾਰਾ ਵੱਡਾ ਸੀ ਕਦੇ ਕੋਈ ਚੀਜ਼ ਕਦੇ ਕੋਈ ਚੀਜ਼ ਸ਼ਹਿਰੋਂ ਲਿਆਉਣੀ ਪੈਂਦੀ ਭਾਵੇਂ ਫੋਨ ਕਰੇ ਤਾਂ ਦੁਕਾਨਦਾਰ ਵੀ ਡੇਰੇ 'ਚ ਮੰਗੀ ਚੀਜ਼ ਭਜਵਾ ਦਿੰਦੇ ਪਰ ਗਿਆ ਬੰਦਾ ਵੇਖ ਪਰ ਕੇ ਚੀਜ਼ ਲਿਆਉਂਦਾ ਸੀ ਜ਼ਮੀਨ ਦੀ ਖੇਤੀ ਜੈਪਾਲ ਖੁਦ ਕਰਵਾਉਂਦਾ ਸਾਰੀ ਫਸਲ ਇੱਕ ਆੜਤੀਏ ਦੇ ਜਾ ਕੇ ਡਿੱਗਦੀ ਡੇਰੇ ਦੇ ਬਾਹਰਲੇ ਅੰਦਰਲੇ ਸਾਰੇ ਕੰਮ ਸਰੇਂਦਰਪਾਲ ਨੇ ਸੰਭਲੇ ਜੈਪਾਲ ਕਦੇ ਸ਼ਹਿਰ ਜਾਣ ਦੇ ਬਹਾਨੇ ਉਹਦੇ ਸਕੂਟਰ ਦੀ ਟੈਂਕੀ ਫੁੱਲ ਕਰਵਾ ਦਿੰਦਾ ਜੋੜਾ ਜੁੱਤੀ ਖੁਦ ਲੈਂਦਾ ਉਹਨੂੰ ਵੀ ਨਾਲ ਦਵਾਉਂਦਾ ਆਪਣੇ ਕੱਪੜੇ ਲੈਣ ਗਿਆ ਉਹਨੂੰ ਵੀ ਦਵਾ ਦਿੰਦਾ ਹੋਇਆ ਇਹ ਸੀ ਕਿ ਇੱਕ ਵਾਰ ਡੇਰੇ ਦੀ ਜ਼ਮੀਨ 'ਚ 10-12 ਘਿਲੇ ਨਰਮਾ ਵੀ ਗਿਆ ਸੀ ਕੋਈ ਬਿਮਾਰੀ ਭਈ ਦਵਾਈਆਂ ਵਾਲਿਆਂ ਨੇ ਦਵਾਈ ਛਿੜਕਾਉਣ ਲਈ ਇੱਕ ਮੁੰਡਾ ਭੇਜਿਆ ਉਹ ਸੁਰਿੰਦਰਪਾਲ ਸੀ ਜਿਹੜਾ ਕੰਪਨੀ ਨੇ ਸਿਖਲਾਈ ਦੇ ਕੇ ਆਰਜ਼ੀ ਨੌਕਰੀ ਤੇ ਰੱਖਿਆ ਸੀ ਦਿੱਤੀ ਗਈ ਦਵਾਈ ਛਿੜਕਣ ਦਾ ਤਰੀਕਾ ਵੱਖਰਾ ਸੀ ਦੋ ਦਵਾਈਆਂ ਰਲਾ ਕੇ ਛਿੜਕਣੀਆਂ ਸੀ ਦਵਾਈਆਂ ਭਾਵੇਂ ਭਈਆਂ ਨੇ ਛਿੜਕਣੀਆਂ ਸੀ ਪਰ ਦੇਖ ਰੇਖ ਸੁਰਿੰਦਰਪਾਲ ਨੇ ਕਰਨੀ ਸੀ ਜੈਪਾਲ ਦੋ ਤਿੰਨ ਵਾਰ ਖੇਤ ਗਿਆ ਸੁਰਿੰਦਰਪਾਲ ਨੇ ਉਹਨਾਂ ਨੂੰ ਖੇਤ ਨਾ ਆਉਣ ਬਾਰੇ ਕਹਿ ਕੇ ਦਵਾਈ ਚੰਗੀ ਤਰ੍ਹਾਂ ਛਿੜਕਾਉਣ ਦੀ ਜ਼ਿੰਮੇਵਾਰੀ ਲੈ ਲਈ ਕੰਮ ਕਾ ਕੇ ਬਚਦੀ ਦਵਾਈ ਉਹਨੇ ਆਪ ਹੀ ਮੋੜ ਦਿੱਤੀ ਸੀ ਤੇ ਦਵਾਈ ਦੇ ਪੈਸੇ ਦੁਕਾਨਦਾਰ ਤੋਂ ਲੈ ਕੇ ਡੇਰੇ ਆ ਕੇ ਆਪ ਮੋੜ ਗਿਆ ਸੀ। ਸਰਿੰਦਰਪਾਲ ਦੀ ਇਸ ਗੱਲ ਨੇ ਜਿਵੇਂ ਜੈਪਾਲ ਨੂੰ ਮੁੱਲ ਲੈ ਲਿਆ ਸੀ। ਜੈਪਾਲ ਦੇ ਪੁੱਛਣ ਤੇ ਉਹਨੇ ਆਪਣੇ ਬਾਰੇ ਦੱਸਿਆ ਸੀ ਕਿ ਉਹਦੀ ਡਿਗਰੀ ਕੀਤੀ ਹੋਈ ਹੈ। ਉਹਦੇ ਕੋਲ ਡੇਢ ਕਿੱਲਾ ਜ਼ਮੀਨ ਹੈ। ਪਿਓ ਕਰਜ਼ੇ ਦੇ ਭਾਰ ਹੇਠ ਦੱਬਿਆ ਖੁਦਕੁਸ਼ੀ ਕਰ ਗਿਆ ਕੱਲੀ ਮਾਂ ਹੈ। ਜੈਪਾਲ ਨੇ ਭਾਵੇਂ ਬਿਆਨ ਸਿੰਘ ਦੀ ਸਰਕਾਰ ਤੋਂ ਪਿੱਛੋਂ ਬਣੀ ਸਰਕਾਰ 'ਚ ਮਦਦ ਅਕਾਲੀ ਉਮੀਦਵਾਰ ਦੀ ਕੀਤੀ ਸੀ। ਫਰ ਉਹ ਹਾਰ ਗਿਆ ਸੀ ਹਲਕੇ ਦਾ ਇੰਚਾਰਜ ਹਾਰਿਆ ਹੋਇਆ ਉਮੀਦਵਾਰ ਜਗਜੀਤ ਅੰਦਰ ਸਿੰਘ ਕਾਕਾ ਸੀ ਲੋਕ ਉਹਨੂੰ ਕਾਕਾ ਜੀ ਕਹਿੰਦੇ ਸਰਕਾਰੀ ਦਵਾਰੇ ਦਰਬਾਰੇ ਉਸੇ ਦੀ ਚੱਲਦੀ ਇਸ ਲਈ ਜੈਪਾਲ ਦੀ ਬੱਲੇ ਬੱਲੇ ਸੀ ਪਹਿਲੀ ਸਰਕਾਰ ਨਾਲ ਉਹਦੇ ਕੰਮ ਵੱਧ ਹੋਣ ਲੱਗ ਪਏ ਸੀ ਸੁਰਿੰਦਰਪਾਲ ਕੰਪਨੀ ਦਾ ਕੰਮ ਵੀ ਕਰਦਾ ਡੇਰੇ ਦੇ ਕੰਮ ਵੀ ਕਦੇ ਕਦੇ ਰਹਿ ਵੀ ਪੈਂਦਾ ਇੱਕ ਦਿਨ ਉਹਨੇ ਦੱਸਿਆ ਵੀ ਜਿਹੜੀ ਡਿਗਰੀ ਉਹਨੇ ਕੀਤੀ ਹੋਈ ਹੈ ਉਹਦੀਆਂ ਸਰਕਾਰੀ ਪੋਸਟਾਂ ਨਿਕਲੀਆਂ ਜੈਪਾਲ ਨੇ ਕਾਕਾ ਜੀ ਨਾਲ ਗੱਲ ਕੀਤੀ ਉਹਨੇ ਗੰਘ ਗੱਲ ਕਰ ਲਈ ਗੱਲ ਪੈਸਿਆਂ ਦੀ ਆਈ ਲੈਣ ਦੇਣ ਤੈ ਹੋ ਗਿਆ ਸਰੇਂਦਰਪਾਲ ਸਰਕਾਰੀ ਨੌਕਰੀ ਲੱਗ ਗਿਆ ਬਦਲੀ ਵੀ ਜੈਪਾਲ ਨੇ ਇੱਥੋਂ ਦੀ ਕਰਵਾ ਲਈ ਡੇਰੇ ਦੇ ਕੰਮਾਂ ਦਾ ਕਾਫੀ ਬੋਝ ਸਰੇਂਦਰਪਾਲ ਨੇ ਚੁੱਕ ਲਿਆ ਸੀ ਦਫਤਰ ਵੀ ਉਹ ਕਦੇ-ਕਦੇ ਨਾ ਜਾਂਦਾ ਅਫਸਰ ਸਮਝਦੇ ਸੀ ਵੀ ਉਹ ਕਿਹਦਾ ਬੰਦਾ ਹੈ ਡੇਰੇ ਦੇ ਨਿੱਕੇ-ਨਿੱਕੇ ਕੰਮ ਕਰਦਾ ਸਰੇਂਦਰਪਾਲ ਡੇਰੇ ਨੂੰ ਆਪਣਾ ਹੀ ਸਮਝਣ ਲੱਗ ਪਿਆ ਸੀ ਜਦੋਂ ਉਹਦੇ ਪਿੰਡ 'ਚ ਉਹਨੂੰ ਨੌਕਰੀ ਮਿਲਣ ਦੀ ਗੱਲ ਦੂਰ ਦਰੇਡੇ ਪਹੁੰਚੀ ਤਾਂ ਇੱਕ ਸੇਵਾਮੁਕਤ ਮੁਲਾਜ਼ਮ ਨੇ ਆਪਣੀ ਕੁੜੀ ਦਾ ਹਸਾਕ ਉਹਨੂੰ ਕਰ ਦਿੱਤਾ ਵਿਆਹ ਤੇ ਬਹੁਤਾ ਪੈਸਾ ਲਾਉਣ ਦੀ ਬਜਾਏ ਆਪਣੀ ਕੁੜੀ ਤੇ ਉਹਦੇ ਨਾਂ ਸ਼ਹਿਰ 'ਚ ਪਲਾਟ ਲੈ ਦਿੱਤਾ ਕੋਠੀ ਦੀ ਛੱਤ ਵੀ ਪਾਤੀ ਰਹਿਣਯੋਗਰੇ ਕਮਰਿਆਂ ਦੀਆਂ ਤਿਆਰੀ ਕਮਰਿਆਂ ਦੀ ਤਿਆਰੀ ਵੀ ਕਰਵਾਤੀ ਤੇ ਕੁੜੀ ਦੀ ਬੀਅਡ ਕੀਤੀ ਸੀ ਆਪਣੇ ਪਿੰਡ ਨੇੜੇ ਇੱਕ ਪ੍ਰਾਈਵੇਟ ਸਕੂਲ 'ਚ ਪੜਾਉਂਦੀ ਵੀ ਰਹੀ ਸੀ ਵਿਆਹ ਹੋਇਆ ਤਾਂ ਜੈਪਾਲ ਨੇ ਇੱਥੋਂ ਦੇ ਇੱਕ ਵੱਡੇ ਪ੍ਰਾਈਵੇਟ ਸਕੂਲ 'ਚ ਕਾਕਾ ਜੀ ਤੋਂ ਫੋਨ ਕਰਵਾ ਕੇ ਲੁਵਾਤੀ। ਸਰندرਪਾਲ ਜਦੋਂ ਇੱਥੇ ਰਹਿਣ ਲੱਗਿਆ ਸੀ ਤਾਂ ਮਾਂ ਨੂੰ ਵੀ ਲੈ ਆਇਆ ਸੀ। ਪਿੰਡ ਵਾਲਾ ਘਰ ਵੇਚ ਦਿੱਤਾ ਸੀ। ਸੋਚਿਆ ਵੀ ਕੋਠੀ ਦਾ ਬਾਕੀ ਰਹਿੰਦਾ ਕੰਮ ਕਰਵਾ ਲਏਗਾ। ਸਰندرਪਾਲ ਨੂੰ ਘਰ ਦੇ ਕੰਮ ਵੀ ਰਹਿਣ ਲੱਗ ਪਏ ਸਨ ਤੇ ਡੇਰੇ 'ਚੋਂ ਦਾ ਹੌਣ ਜਾਣ ਘਟ ਗਿਆ ਸੀ। ਜਿਹੜੀ ਗੱਲ ਸੋਚ ਕੇ ਜੈਪਾਲ ਨੇ ਉਹਦੇ ਤੇ ਰਹਿਮ ਕੀਤਾ ਸੀ। ਨੌਕਰੀ ਲਾਉਣ ਲਈ ਪੈਸੇ ਵੀ ਦਿੱਤੇ ਸੀ ਜਦੋਂ ਉਹਨੇ ਸੋਚੇ ਰਸਤੇ ਤੇ ਪਹਿਲਾ ਪੈਰ ਧਰਿਆ ਤਾਂ ਅਣਚਾਹੇ ਕੰਡੇ ਚੁਭ ਗਏ ਸੀ ਇੱਕ ਦਿਨ ਸੁਰਿੰਦਰਪਾਲ ਡੇਰੇ ਆਇਆ ਉਹਨੇ ਘਰ ਦਾ ਤਾਂ ਪਤਾ ਪੁੱਛ ਲਿਆ ਸੀ ਫਿਰ ਇੱਕ ਦਿਨ ਲੰਘਦਾ ਲੰਘਦਾ ਅਚਾਨਕ ਹੀ ਉਹਦੇ ਘਰੇ ਚਲਾ ਗਿਆ ਗੱਡੀ ਗਲੀ 'ਚ ਖੜਾ ਕੇ ਉਹਨੇ ਬੈਲ ਖੜਕਾਈ ਸੁਰਿੰਦਰਪਾਲ ਦੀ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ ਸੱਸੀ ਕਾਲ ਬੁਲਾਈ ਦੱਸਿਆ ਵੀ ਉਹ ਜੇ ਦਫ਼ਤਰੋਂ ਨਹੀਂ ਆਏ ਜੈਪਾਲ ਨੇ ਬਹਾਨਾ ਲਾਇਆ ਕਿ ਉਹ ਇੱਧਰ ਦੀ ਜਾ ਰਿਹਾ ਸੀ ਸੋਚਿਆ ਜਾਂਦਾ ਜਾਂਦਾ ਮਿਲ ਚ ਲੈ। ਤੁਸੀਂ ਜੀ ਆਉਣ ਤੋਂ ਪਹਿਲਾਂ ਉਹਨਾਂ ਨੂੰ ਫੋਨ ਨਹੀਂ ਸੀ ਕੀਤਾ। ਇਹ ਗੱਲ ਤਾਂ ਮੇਰੇ ਮਨ ਚ ਆਈ ਸੀ ਸੋਚਿਆ ਘਰੇ ਹੀ ਹੋਣਾ। ਜੈਪਾਲ ਨੂੰ ਯਕੀਨ ਸੀ ਵੀ ਉਹ ਨੂੰ ਅੰਦਰ ਲੈ ਕੇ ਜਾਏਗੀ। ਚਾਹ ਪਾਣੀ ਪਿਲਾਏਗੀ। ਸਰندرਪਾਲ ਨੇ ਘਰੇ ਦੱਸਿਆ ਹੀ ਹੋਣਾ ਕਿ ਮੇਰੇ ਕਰਕੇ ਹੀ ਉਹ ਨੌਕਰੀ ਤੇ ਲੱਗਿਆ। ਪਰ ਉਹਦੀ ਘਰ ਵਾਲੀ ਗੇਟ ਵਿੱਚ ਕਾਰ ਖੜੀ ਹੈ ਜੀਪ ਢੰਗ ਨਾਲ ਉਹਦੇ ਵੱਲ ਉੱਪਰਾਂ ਵੱਲ ਝਾਕ ਰਹੀ ਸੀ ਬੋਲ ਵੀ ਕੁਝ ਨਹੀਂ ਸੀ ਰਹੀ। ਫਿਰ ਕਹਿੰਦੀ ਕੋਈ ਨਾ ਜੀ ਮੈਂ ਤੁਹਾਡੇ ਆਉਣ ਬਾਰੇ ਦੱਸ ਦਿਆਂਗੀ ਇਹ ਕਹਿ ਕੇ ਦੋਵੇਂ ਹੱਥ ਜੋੜੇ ਤੇ ਕਿ ਅੱਛਾ ਜੀ ਮੇਰੇ ਕੋਲ ਟਿਊਸ਼ਨ ਵਾਲੇ ਬੱਚੇ ਆਈ ਹੋਈ ਹੈ ਮੈਂ ਤੁਹਾਡੇ ਆਉਣ ਬਾਰੇ ਦੱਸ ਦਿਆਂਗੀ ਉਹਦੇ ਬੋਲਾਂ ਦੀ ਕਾਲ ਕਹਿ ਰਹੀ ਸੀ ਵੀ ਹੁਣ ਤੁਸੀਂ ਜਾਓ ਅੱਛਾ ਭਾਈ ਮੈਂ ਚੱਲਦਾ ਕਹਿ ਕੇ ਉਂਗਲੀ ਚ ਪਾਈ ਗੱਡੀ ਦੀ ਚਾਬੀ ਘੁਮਾਉਣ ਲੱਗਿਆ ਤੇ ਗੱਡੀ ਸਟਾਰਟ ਕਰਕੇ ਹੋ ਗਿਆ ਹੋ ਗਿਆ ਜੋ ਵਿਹਾਰ ਉਹਦੇ ਨਾਲ ਹੋਇਆ ਸੀ ਉਹਦਾ ਚਿੱਤ ਚੇਤਾ ਵੀ ਨਹੀਂ ਸੀ ਉਮੀਦ ਹੀ ਨਹੀਂ ਸੀ ਕਾਰ ਚਲਾਉਂਦਾ ਚਲਾਉਂਦਾ ਉਹ ਸੋਚ ਰਿਹਾ ਸੀ ਨੌਕਰੀ ਲਵਾਉਣ ਦਾ 5-7 ਲੱਖ ਲਿਆ ਹੁੰਦਾ ਫਿਰ ਐਸਾਨ ਮੰਨਦੀ ਚੌਲਾਂ ਨਾਲ ਵਿਆਹ ਕਰੇ ਨੂੰ ਕੌਣ ਪੁੱਛਦਾ ਕਾਰ ਚਲਾਉਂਦਾ ਉਹ ਚੁੱਲ੍ਹੇ ਤੇ ਧਰੇ ਸਾਗ ਵਾਂਗ ਰਿਜੀ ਜਾ ਰਿਹਾ ਸੀ ਜੈਪਾਲ ਨੇ सुरेंद्रਪਾਲ ਨੂੰ ਫੋਨ ਕਰਨਾ ਬੰਦ ਕਰਤਾ ਪਹਿਲਾਂ ਕਦੇ-ਕਦੇ ਜਦੋਂ ਮਨ ਕਿਸੇ ਗੱਲੋਂ ਉਚਾਟ ਹੁੰਦਾ ਸੀ ਉਹਦੇ ਨਾਲ ਗੱਲ ਕਰ ਲੈਂਦਾ ਸੀ ਸਮਾਂ ਲੰਘ ਰਿਹਾ ਸੀ ਕਦੇ-ਕਦਾਈਂ सुरेंद्रਪਾਲ ਗੇੜਾ ਮਾਰਦਾ ਪਰ ਹੁਣ ਵਕਫਾ ਵਧਣ ਲੱਗ ਪਿਆ ਸੀ ਇੱਕ ਦਿਨ ਡੇਰੇ ਆਏ ਨੇ ਉਹਨੇ ਜੈਪਾਲ ਦੀਆਂ ਅੱਖਾਂ ਵੇਖੀਆਂ ਸੱਚੀ ਹੀ ਮੈਲੀਆਂ ਲੱਗੀਆਂ ਮੁੜ ਕੇ ਉਹ ਡੇਰੇ ਨਾ ਆਇਆ ਧੰਨਵਾਦ ਚਲਦਾ